ਲੁਧਿਆਣਾ ਦੇ ਬਹਾਦਰ ਰੋਡ ਤੇ 10 ਤੋਂ 13 ਫਰਵਰੀ ਤੱਕ ਲੱਗੇਗੀ ਗੇਮਸਾ ਪ੍ਰਦਰਸ਼ਨੀ, ਜਿੱਥੇ ਕਿ ਡਾਈਂਗ, ਨੀਟਵੇਅਰ ਅਤੇ ਹੌਜ਼ਰੀ ਦੀਆਂ ਮਸ਼ੀਨਾਂ ਦੀ ਪ੍ਰਦਰਸ਼ਨੀ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇੱਥੇ ਹੌਜ਼ਰੀ ਦੀਆਂ ਤਕਨੀਕਾਂ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ, ਜਿੱਥੇ ਕਿ ਦੇਸ਼ ਭਰ ਦੇ ਵਿੱਚੋਂ ਅਲੱਗ ਅਲੱਗ ਰਾਜਾਂ ਤੋਂ ਇੰਡਸਟਰੀ ਦੇ ਨਾਲ ਜੁੜੇ ਲੋਕ ਪਹੁੰਚਣ। ਜਿਹੜੀ ਗਮਸਾ ਐਕਸਪੋ ਇਸ ਵਾਰ ਲੱਗਦੀ ਪਈ ਹੈ, ਦਾਣਾ ਮੰਡੀ ਲੱਗਦੀ ਪਈ ਲੁਧਿਆਣੇ, ਇਹ 10 ਤਰੀਕ ਤੋਂ ਲੈ ਕੇ 13 ਤਰੀਕ ਤੱਕ ਲੱਗਦੀ ਪਈ ਹੈ। ਜਿਹੜੀ ਇਹ ਐਗਜੀਬਿਸ਼ਨ ਹੈਗੀ, ਸਾਡਾ 7th ਐਡੀਸ਼ਨ ਹੈਗਾ, 7ਵਾਂ ਲੱਗਣ ਲੱਗਾ, ਜਿਹੜਾ ਕਿ ਸਾਡੀ ਐਸੋਸੀਏਸ਼ਨ ਨੇ, ਜਿਹੜੇ ਕਿ ਸਾਰੇ ਬਿਜ਼ਨਸਮੈਨ ਆ ਇਹਨਾਂ ਨੇ ਮਿਲ ਕੇ ਹੀ ਲਗਾਈ ਹੈ, ਔਰ ਜਿੰਨੇ ਇੱਥੇ ਦੇ ਮੈਨੂਫੈਕਚਰਰ ਆ ਉਹਨਾਂ ਲਈ ਹੀ ਲਗਾਈ ਹੈ। ਇਹ ਐਗਜੀਬਿਸ਼ਨ ਜਿਹੜੀ 7th ਆ, ਇਹਦੀ ਸਭ ਤੋਂ ਬੜੀ ਗੱਲ ਆ ਕਿ ਇਹ ਜਿਹੜੀ 7th ਐਗਜੀਬਿਸ਼ਨ ਆ, ਇਹ ਜਿੰਨੀਆਂ ਪਹਿਲਾਂ 6 ਐਗਜੀਬਿਸ਼ਨ ਲੱਗੀਆਂ ਉਹਨਾਂ ਤੋਂ ਸਭ ਤੋਂ ਬੜੀ ਲੱਗਦੀ ਪਈ ਆ। ਇਹਦੇ 'ਚ ਸਭ ਤੋਂ ਜ਼ਿਆਦਾ ਏਰੀਆ ਕਵਰ ਕੀਤਾ ਗਿਆ, ਮੈਕਸੀਮਮ ਮੈਨੂਫੈਕਚਰ ਆ ਰਹੇ ਆ ਜਿਹੜੇ ਕਿ ਆਪਣੀ ਮਸ਼ੀਨਰੀ ਸ਼ੋਅ ਕਰਦੇ ਪਏ ਆ, ਔਰ ਸਾਨੂੰ ਬੜੀ ਉਮੀਦ ਹੈ ਕਿ ਇਸ ਵਾਰ ਜਿਹੜੇ ਵਿਜ਼ਿਟਰ ਵੀ ਹੋਣਗੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਹੋਣਗੇ। ਇਸ ਵਾਰੀ 20 ਕੰਟਰੀਆਂ ਤੋਂ ਤਕਰੀਬਨ ਵਰਲਡ ਦੀਆਂ, ਜਿਹਦੇ ਵਿੱਚੋਂ ਡਿਫਰੈਂਟ ਡਿਫਰੈਂਟ ਟੈਕਨੋਲੋਜੀ ਦਿਖਾਈ ਜਾ ਰਹੀ ਹੈਗੀ ਆ, ਜਿਹਦੇ ਵਿੱਚ ਟੈਕਸਟਾਈਲ ਵੀ ਹੈ, ਨਿਟਿੰਗ ਵੀ ਹੈ, ਡਾਇੰਗ ਵੀ ਹੈ, ਫਿਨਿਸ਼ਿੰਗ ਵੀ ਹੈ, ਔਰ ਉਸਰ ਵੀਵਿੰਗ ਵਗੈਰਾ ਹਰ ਸੈਕਟਰ ਦੇ ਵਿੱਚ। ਮਤਲਬ ਕਿ ਉਮੀਦ ਹੈ ਕਿ ਇਹ ਜਿਹੜੀ ਐਗਜੀਬਿਸ਼ਨ ਹੈ, ਜਦੋਂ ਐਗਜੀਬਿਸ਼ਨ ਲੱਗੇਗੀ ਤਾਂ ਜਿਹੜੇ ਇੱਥੇ ਦੇ ਲੋਕਲ ਮੈਨੂਫੈਕਚਰਰ ਹੈਗੇ ਆ, ਜਿਹੜੇ ਵਿਜ਼ਿਟ ਕਰਨਗੇ, ਉਹਨਾਂ ਨੂੰ ਵੀ ਇਸਦਾ ਬਹੁਤ ਫਾਇਦਾ ਹੋਏਗਾ। ਸਰ ਕਿੰਨੇ ਦਿਨ ਦੀ ਐਗਜੀਬਿਸ਼ਨ ਹੈ ਇਹ? ਐਗਜੀਬਿਸ਼ਨ 4 ਦਿਨ ਦੇ ਲਈ ਲੱਗਦੀ ਹੈ, 4 ਦਿਨ ਲਈ ਹੀ ਲਗਾ ਰਹੇ ਹੈਗੇ। ਅਤੇ ਸਰ ਕੀ ਦੇਖਣ ਨੂੰ ਮਿਲੇਗਾ ਵਿਜ਼ਿਟਰ ਆਉਣਗੇ ਜਿਹੜੇ, ਕੀ ਉਹਨਾਂ ਨੂੰ ਮਤਲਬ ਦੇਖਣ ਨੂੰ ਕੁਛ ਨਵਾਂ ਕੀ ਮਿਲੂਗਾ? ਇਸ ਦੇ ਵਿੱਚ ਦੇਖੋ ਸਾਰੀ ਟੈਕਨੋਲੋਜੀ ਸ਼ੋਅ ਕੀਤੀ ਗਈ ਹੈ, ਇਹ 'ਚ ਨੀਟਿੰਗ ਵੀ ਹੈ, ਮੈਂ ਤੁਹਾਨੂੰ ਦੱਸਿਆ ਡਾਇੰਗ ਵੀ ਹੈ, ਫਿਨਿਸ਼ਿੰਗ ਵੀ ਹੈ, ਸਟਿਚਿੰਗ ਵੀ ਹੈ, ਐਮਬਰਾਇਡਰੀ ਵੀ ਹੈ, ਫਿਰ ਹਰ ਸੈਕਟਰ ਦੇ ਵਿੱਚ ਉਹਨਾਂ ਨੂੰ ਨਵੀਂ ਤੋਂ ਨਵੀਂ ਡਿਵੈਲਪਮੈਂਟ ਦੇਖਣ 'ਚ ਮਿਲੇਗੀ, ਔਰ ਉਹਨਾਂ ਨੂੰ ਇਹ ਪਤਾ ਚੱਲੇਗਾ ਕਿ ਮਤਲਬ ਕਿ ਜਿਹੜੀ ਹੋਰ ਵਰਲਡ ਦੇ ਵਿੱਚੋਂ ਜਾਂ ਹੋਰ ਕੰਟਰੀ ਜਿਵੇਂ ਚਾਈਨਾ ਹੈਗਾ ਜਾਂ ਹੋਰ ਕੰਟਰੀਜ਼ ਜੇ ਪ੍ਰੋਡਕਟ ਦਿੰਦੇ ਪਏ ਆ, ਜੇ ਉਹ ਪ੍ਰੋਡਕਟ ਨਹੀਂ ਬਣਾਉਣ ਦੇ ਵਿੱਚ ਕਾਮਯਾਬ ਹੋ ਰਹੇ, ਇਸ ਦੇ ਵਿੱਚ 100% ਉਹਨਾਂ ਨੂੰ ਪਤਾ ਚੱਲੇਗਾ ਕਿ ਵੀ ਕਿਹੜੀ ਨਵੀਂ ਇੱਦਾਂ ਦੀ ਚੀਜ਼ ਆ ਜਿਸ ਦੇ ਨਾਲ ਉਹ ਪ੍ਰੋਡਕਟ ਬਣਦੇ ਪਏ ਆ, ਔਰ ਫਿਰ ਕਿੱਦਾਂ ਉਹ ਆਪਣੀ ਕੋਸਟ ਘਟਾ ਸਕਦੇ ਆ ਕਿ ਸੇਮ ਮਸ਼ੀਨਰੀ ਜਿਹੜੀ ਹਾਈ ਸਪੀਡ ਮਸ਼ੀਨਾਂ ਇਸ ਵਾਰੀ ਆ ਰਹੀਆਂ ਉਹ ਫਿਰ ਕਿੱਦਾਂ ਆਪਣੀ ਉਸੇ ਪ੍ਰੋਡਕਟ ਦੀ ਕੋਸਟ ਨੂੰ ਥੱਲੇ ਲੈ ਕੇ ਆ ਸਕਦੇ ਹੈਗੇ ਆ। ਇਹ ਐਗਜੀਬਿਸ਼ਨ ਮੇਰੇ ਆਈਡੀਆ ਦੇ ਨਾਲ ਬਹੁਤ ਅੱਛੀ ਐਗਜੀਬਿਸ਼ਨ ਆ, ਔਰ ਮੈਂ ਹਰ ਬੰਦੇ ਨੂੰ ਵੀ ਇਹੀ ਅਪੀਲ ਕਰਦਾ, ਸਾਡੇ ਜਿੰਨੇ ਮੈਨੂਫੈਕਚਰਰ ਆ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਸ ਐਗਜੀਬਿਸ਼ਨ ਨੂੰ 10 ਤਰੀਕ ਤੋਂ ਲੈ ਕੇ 13 ਤਰੀਕ ਫੈਬਰੀ ਦੇ ਵਿੱਚ ਜ਼ਰੂਰ ਵਿਜ਼ਿਟ ਕਰਨ, ਇਸ ਦਾ ਉਹਨਾਂ ਨੂੰ ਬਹੁਤ ਫਾਇਦਾ ਹੋਏਗਾ। ਥੈਂਕ ਯੂ ਸਰ। ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਸਿਰਫ ਸਾਰੀ ਜਨਤਾ ਤੱਕ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ 10 ਤਰੀਕ ਤੋਂ ਲੈ ਕੇ 13 ਤਰੀਕ ਤੱਕ ਜਿਹੜੀ ਗਮਸਾ ਐਕਸਪੋ ਦਾ 7th ਐਡੀਸ਼ਨ ਲੱਗਣ ਜਾ ਰਿਹਾ, ਜਿਹਦੇ ਵਿੱਚ 20 ਤੋਂ ਵੱਧ ਕੰਟਰੀਜ਼ ਦੀ ਨਵੀਂ ਟੈਕਨੋਲੋਜੀ ਅਸੀਂ ਸ਼ੋਕੇਸ ਕਰਨ ਜਾ ਰਹੇ ਹਾਂ, ਅਤੇ ਸਾਰੇ ਮੈਨੂਫੈਕਚਰਰਸ ਜਿਹੜੇ ਹੈਗੇ ਨੇ ਗਾਰਮੈਂਟ ਦੇ ਉਹਨਾਂ ਨੂੰ ਇਨਵਾਈਟ ਕਰਦੇ ਹਾਂ ਕਿ ਉਹ ਆ ਕੇ ਨਵੀਂ ਟੈਕਨੋਲੋਜੀ ਦੇ ਰੂਬਰੂ ਹੋਣਗੇ, ਔਰ ਆਪਣਾ ਉਸ ਚੀਜ਼ ਨੂੰ ਦੇਖ ਕੇ ਆਪਣੇ ਡਿਸੀਜਨ ਲੈ ਕੇ ਅਤੇ ਗਾਰਮੈਂਟ ਦੀ ਆਪਣੀ ਮੈਨੂਫੈਕਚਰਿੰਗ ਨੂੰ ਹੋਰ ਅਪਗ੍ਰੇਡ ਕਰਨ। ਬਿਕੋਜ਼ ਮੇਰੇ ਹਿਸਾਬ ਨਾਲ ਸਰ ਹੁਣ ਜਿਹੜਾ ਇੰਟਰਨੈਸ਼ਨਲ ਬਾਇਰ ਵੀ ਹੈਗਾ ਉਹਦਾ ਧਿਆਨ ਇਸ ਟਾਈਮ 100% ਇੰਡੀਆ ਵੱਲ ਹੈਗਾ, ਦੇ ਵਾਂਟ ਟੂ ਸੋਰਸ ਫਰੋਮ ਇੰਡੀਆ, ਉਹ ਆਉਣਾ ਚਾਹੁੰਦੇ ਨੇ, ਬਟ ਉਹਨਾਂ ਦਾ ਕੰਸਰਨ ਇੱਕੋ ਹੀ ਹੈ ਕਿ ਆਰ ਵੀ ਕੈਪੇਬਲ ਇਨਫ ਟੂ ਕੇਟਰ ਦ ਸੇਮ ਕੁਆਲਿਟੀ। ਉਹ ਸੇਮ ਕੁਆਲਿਟੀ ਚਾਹੁੰਦੇ ਨੇ ਜੋ ਉਹ ਚਾਈਨਾ ਤੋਂ ਜਾਂ ਹੋਰ ਪਾਸਿਓਂ ਲੈ ਰਹੇ ਨੇ, ਉਹ ਅਗਰ ਉਹਨਾਂ ਨੂੰ ਇੰਡੀਆ 'ਚ ਮਿਲ ਜਾਏਗੀ ਤਾਂ ਉਹ ਡੈਫੀਨੇਟਲੀ ਆਉਣਾ ਚਾਹੁੰਦੇ। ਸਰ ਵਿਜ਼ਿਟਰ ਸਾਡੇ ਵੱਲੋਂ ਜਿਹੜਾ ਹੈਗਾ ਜੀ ਥਰੂ ਆਊਟ ਇੰਡੀਆ ਤੋਂ ਵਿਜ਼ਿਟਰ ਆਊਗਾ ਜੀ। ਭਾਈ ਸਾਹਿਬ ਇਹ ਅਸੀਂ 7ਵਾਂ ਐਡੀਸ਼ਨ ਹੈ, 6 ਪਹਿਲਾਂ ਲੱਗ ਚੁੱਕੀਆਂ ਨੇ, ਔਰ ਐਤਕੀ ਸਭ ਤੋਂ ਵੱਡੀ ਐਗਜੀਬਿਸ਼ਨ ਹੈ, ਸਾਡਾ ਫੁੱਟਪ੍ਰਿੰਟ ਏਰੀਆ ਜਿਹੜਾ ਹੈਗਾ 2 ਲੱਖ ਸਕੁਅਰ ਫਿੱਟ ਤੋਂ ਜ਼ਿਆਦਾ ਹੈ ਇਸ ਵਾਰ। ਕਿੰਨੇ ਸਟਾਲ ਟੋਟਲ ਲੱਗ ਰਹੇ ਨੇ? 200 ਤੋਂ ਪਲੱਸ ਸਟਾਲ ਹੈਗੇ ਆ ਜੀ। ਕਿੰਨੀਆਂ ਕੰਟਰੀਆਂ ਵਿੱਚ ਭਾਗ ਲੈ ਰਹੇ? ਇਹ 20 ਕੰਟਰੀਜ਼ ਤੋਂ ਆ ਰਹੇ ਆ, ਜਿਹੜਾ ਪ੍ਰੋਡਕਟ ਹੈਗੇ ਨੇ ਉਹ 20 ਤੋਂ ਵੱਧ ਪਲੱਸ ਕੰਟਰੀਜ਼ ਹੈ। ਸਟੂਡੈਂਟਸ ਵਿਜ਼ਿਟ ਕਰਨਗੇ ਇਹਦੇ ਵਿੱਚ? ਡੈਫੀਨੇਟਲੀ ਜਿਹੜੇ ਨਿਫਟ ਦੇ ਹੈਗੇ ਨੇ ਜਾਂ ਹੋਰ ਕਾਫੀ ਇੰਸਟੀਟਿਊਟਸ ਹੈਗੇ ਨੇ ਜਿਹੜੇ ਫੈਸ਼ਨ ਦੇ ਨਾਲ ਜਾਂ ਡਿਜ਼ਾਈਨਿੰਗ ਦੇ ਨਾਲ
ਰਿਲੇਟਡ ਨੇ ਉਹ ਸਾਰੇ ਸਟੂਡੈਂਟਸ ਵੀ ਉੱਥੇ ਆਉਂਦੇ ਨੇ, ਉਹ ਵੀ ਨਵੀਂ ਟੈਕਨੋਲੋਜੀ ਦੇ ਰੂਬਰੂ ਹੋ ਕੇ ਮਤਲਬ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਨੇ ਕਿ ਅੱਗੋਂ ਕਿਸ ਤਰ੍ਹਾਂ ਉਹਨਾਂ ਦਾ ਗਾਰਮੈਂਟ ਦੀ ਡਿਜ਼ਾਇਨਿੰਗ ਜਾਂ ਮੈਨੂਫੈਕਚਰਿੰਗ ਹੋ ਸਕਦੀ ਹੈ। ਥੈਂਕ ਯੂ ਸਰ। ਲਾਈਵ ਤੇਜ਼ ਚੈਨਲ ਦੇ ਲਈ ਲੁਧਿਆਣਾ ਤੋਂ ਅਜੇ ਪਹਵਾ ਦੀ ਵਿਸ਼ੇਸ਼ ਰਿਪੋਰਟ।